वाहिगुरु जी का खालसा, वाहिगुरु जी की फतेह। मेरा स्क्रीन दे उपर नंबर आ रहा, तुसी एदे ते मेनू व्हाट्सएप मैसेज कर सकते हो या व्हाट्सएप कॉल कर सकते हो सोहने सोहने सूटां दे डिजाइन देखण वास्ते, सोहने सोहने सूट लैण वास्ते। हुण आपां उही काम करन लगे हां जिहड़ा आपां पटियाले करदे हुंदे सी। हुण मैं राणी भैण नूं कहा, मैं बीबी दी जगह ते मासी दी जगह उन्ने दिन तुसी सांभ लो जिन्ने दिन असीं उरे हां, क्योंकि बीबी होनी दिखाई होंदिया ने गिया सूट ते हुण राणी भैण दिखाउणगे खोल खोल के। उम्मीद फर्क है थोड़ा ता ऑनलाइन काम इत्थे भी हाँ, मेरा ता काम महाराज की कृपा नाल इत्थों भी वधिया सोहना चल रहा। जिहड़ियां भैणां ने लैणे ने इत्थों भी मेरा काम हो ही जा रहा। जदों मैं पटियाले गेड़ा कढ़ना हुंदा विच जी जा के पटियाले जाए आउंदी हां, क्योंकि राजपुरे ते पटियाले दा कोई एडा खास फर्क नहीं हैगा। हाँ, अद्धा कु घंटे दा हैगा। देखो तिन्ने रंग इन्ने सोहणे नूं समझ नहीं आउंदी किहड़ा पहलां दिखावां। ਅਤੇ ਇੰਨੇ ਦਿਨ ਹੋ ਇੱਥੇ ਬੈਠਿਆਂ ਨੂੰ ਤਾਂ ਹੋ ਗਏ ਕਿਉਂਕਿ ਅੰਮ੍ਰਿਤ ਨੂੰ ਛੁੱਟੀਆਂ ਨੇ, ਹੈ ਨਾ। ਬੱਚਿਆਂ ਨੂੰ ਇਹ ਹੁੰਦਾ ਵੀ ਅਸੀਂ ਰਹਿਣਾ, ਉਹ ਤਾਂ ਹੈਗਾ ਹੀ ਆ। ਅਤੇ ਨਾਲੇ ਆਪਣੇ ਆਪ ਨੂੰ ਰਾਣੀ ਭੈਣੇ ਥੋੜ੍ਹੀ ਜਿਹੀ ਚੇਂਜ ਹੋ ਜਾਂਦੀ ਆ, ਹੋਰ ਕੋਈ ਚੱਕਰ ਨਹੀਂ, ਹੈ ਨਾ, ਵੀ ਕਿਤੇ ਜਾ ਕੇ। ਨਾਲੇ ਸਾਡਾ ਆਪਸ 'ਚ ਆਨੰਦ ਭਰਜਾਈ ਦਾ ਬਹੁਤ ਜ਼ਿਆਦਾ ਪਿਆਰ ਹੈਗਾ। ਪਰਮਾਤਮਾ ਸਭ ਦਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ। ਹਾਂ ਹਾਂ, ਅਤੇ ਆਪਾਂ ਹੁਣ ਸੂਟ ਦਿਖਾਉਂਦੇ। ਲਓ ਜੀ, ਮੈਂ ਤਾਂ ਅੱਜ ਬਹੁਤ ਵੱਡੀ ਗਲਤੀ ਕਰ ਲੈਣੀ ਸੀਗੀ, ਹੈ ਨਾ, ਕਿਉਂਕਿ ਮੈਨੂੰ ਵੈਸੇ ਆਦਤ ਹੈਗੀ ਆ ਕਿ ਮੈਂ ਜ਼ਰੂਰ ਵੀਡੀਓ ਬਣਾਉਂਦੀ ਹੁੰਦੀ ਹਾਂ ਸੂਟਾਂ ਦੀ ਜਦੋਂ ਜਾਣਾ ਹੁੰਦਾ, ਹੈ ਨਾ। ਆਹ ਦੇਖੋ, ਆਹ ਸੂਟ ਸੂਟ ਦਾ ਦੁਪੱਟਾ ਪਟਿਆਲੇ ਹੀ ਰਹਿ ਗਿਆ ਅਤੇ ਮੈਂ ਇੱਥੋਂ ਕੋਰੀਅਰ ਕਰਾਉਣਾ ਸੀਗਾ। ਇਹਨਾਂ ਦੀ ਪੇਮੈਂਟ ਆ ਚੁੱਕੀ ਸੀ ਅਤੇ ਮੈਂ ਕੋਰੀਅਰ ਕਰਾਉਣਾ ਸੀ। ਹੁਣ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਦੇਖਿਆ ਵਿੱਚ ਇਹ ਨਹੀਂ ਭੇਜਦੀ ਰਾਣੀ ਭੈਣੇ। ਕਈ ਵਾਰੀ ਮਹਾਰਾਜ ਦੀ ਕਿਰਪਾ ਨਾਲ ਤਾਂ ਇਹ ਹੁੰਦਾ ਹੀ ਨਹੀਂਗਾ, ਹੈ ਨਾ। ਕਦੇ ਹੁਣ ਪਤਾ ਨਹੀਂ ਹੋ ਵੀ ਸਕਦੀ ਹੈ ਗਲਤੀ ਕਿਹੜਾ, ਪਰ ਆਪਾਂ, ਹੈ ਨਾ। ਹਾਂ, ਇਹਦਾ ਦੁਪੱਟਾ ਪਟਿਆਲੇ ਰਹਿ ਗਿਆ ਅਤੇ ਹੁਣ ਇਹ ਮੈਨੂੰ ਕੱਲ੍ਹ ਨੂੰ ਕੋਰੀਅਰ ਕਰਾਉਣਾ ਪੈਣਾ। ਕੱਲ੍ਹ ਨੂੰ ਮੈਂ ਹੁਣ ਪਟਿਆਲੇ ਜਾਊਂਗੀ ਅਤੇ ਫਿਰ ਦੁਪੱਟਾ ਚੱਕ ਕੇ ਲਿਆ ਕੇ ਫਿਰ ਕੋਰੀਅਰ ਕਰਾਊਂਗੀ ਇੱਥੋਂ ਰਾਜਪੁਰੇ ਤੋਂ ਹੀ। ਅਤੇ ਆਹ ਦੇਖੋ, ਇਹ ਬਹੁਤ ਸੋਹਣਾ, ਬਹੁਤ ਪਿਆਰਾ ਬਣਿਆ ਹੋਇਆ। ਇਹ ਪਿਓਰ ਕਰੇਪ ਦੇ ਉੱਪਰ ਬਣਿਆ ਹੋਇਆ ਸੂਟ ਆ। ਆਹ ਦੇਖੋ, ਇਹਦਾ ਡਿਜ਼ਾਇਨ ਐਵੇਂ ਕਰਿਆ ਆਪਾਂ ਨੇ। ਲਓ ਜੀ, ਐਵੇਂ ਇਹਦਾ ਡਿਜ਼ਾਇਨ ਹੈਗਾ। ਅਤੇ ਜੇ ਤੁਸੀਂ ਵੀ ਕਿਸੇ ਨੇ ਬਣਵਾਉਣਾ ਤਾਂ ਤੁਸੀਂ ਬਣਵਾ ਸਕਦੇ ਹੋ। ਆਹ ਦੇਖੋ, ਬਾਜੂ ਦੇ ਉੱਪਰ ਵਰਕ, ਅਤੇ ਭੈਣ ਨੇ ਕਿਹਾ ਸੀ ਵੀ ਸੋਬਰ ਜੀ ਲੁੱਕ ਦੇ ਵਿੱਚ ਬਣਾਇਓ। ਆਹ ਬਾਜੂ ਦੇ ਉੱਪਰ ਵਰਕ, ਹੈਲੋ, ਫੁੱਲ ਬਾਜੂ ਅਤੇ ਹਾਂਜੀ, ਅਤੇ ਇਹਦਾ ਦੁਪੱਟਾ ਫਿਰ ਆਪਾਂ ਬਾਅਦ ਵਿੱਚ ਵੀਡੀਓ ਬਣਾ ਲਾਂਗੇ ਜਦੋਂ ਉੱਥੋਂ ਚੱਕ ਕੇ ਲੈ ਕੇ ਆਵਾਂਗੇ। ਅਤੇ ਆਹ ਇਹਦੀ ਸਲਵਾਰ ਹੈਗੀ ਆ, ਸਲਵਾਰ, ਹਾਂ, ਲਓ। ਤੇ ਰਾਣੀ ਭੈਣ ਕਹਿੰਦੇ ਦੇਖ ਕਿੰਨਾ ਸੋਹਣਾ ਲੱਗਦਾ। ਤੇ ਆਹ ਦੇਖੋ ਕਿੱਡਾ ਪਿਆਰਾ ਲੱਗ ਰਿਹਾ, ਸੋਹਣਾ ਲੱਗ ਰਿਹਾ ਦੇਖ, ਹਨਾ। ਤੇ ਤੁਸੀਂ ਵੀ ਜੇ ਕਿਸੇ ਨੇ ਆਰਡਰ ਕਰਨਾ ਹੋਇਆ ਤਾਂ ਕਰ ਸਕਦੇ ਹੋ। ਹੁਣ ਦੁਪੱਟਾ ਤਾਂ ਭੈਣੇ ਬਾਅਦ ਵਿੱਚ ਹੀ ਦਿਖਾਉਣਾ ਪਏਗਾ, ਆਪਾਂ ਵਿੱਚ ਨਾਲ ਦਿਖਾ ਦਾਂਗੇ। ਹਾਂ, ਅਤੇ ਅੱਗੋਂ ਪਿੱਛੋਂ ਚਾਹੇ ਵੀਡੀਓ ਲਗਾ ਦਾਂਗੇ ਆਪਾਂ, ਇਹਦੀ ਕੋਈ ਚੱਕਰ ਨਹੀਂ ਹੈਗਾ। ਇੱਥੋਂ ਹੀ ਕੱਟ ਦਿੰਦੇ ਹਾਂ ਨਾਲ, ਫਿਰ ਦੁਪੱਟੇ ਦੀ ਐਡ ਕਰਕੇ ਲਗਾ। ਆਪਣਾ ਸੈਕਿੰਡ ਸੂਟ ਹੋ ਗਿਆ, ਇਹ ਸਕਿਨ ਜੇ ਕਲਰ ਦੇ ਉੱਪਰ ਹੈਗਾ ਕਿਉਂਕਿ ਜ਼ਿਆਦਾ ਸਕਿਨ ਫਿਰ ਉਹ ਹੋ ਰਿਹਾ ਸੀ ਵਿੱਚ, ਆਪਾਂ ਮੈਰੂਨ ਦਾ ਟੱਚ ਦੇਤਾ ਇਹਦੇ। ਆਹ ਦੇਖੋ, ਇਹ ਸਟਨ ਖਾਦੀ ਦੇ ਉੱਪਰ ਬਣਿਆ ਹੋਇਆ, ਪਿਓਰ ਸਟਨ ਖਾਦੀ ਦੇ ਉੱਪਰ ਬਣਿਆ ਹੋਇਆ। ਆਹ ਦੇਖੋ, ਘੇਰੇ ਦੇ ਉੱਪਰ ਵਰਕ, ਆਹ ਦੇਖੋ, ਪੂਰਾ ਟੋਟਲੀ ਇਹ ਹੈਂਡ ਵਰਕ ਹੈਗਾ। ਆਹ ਗਲ ਦੇ ਉੱਪਰ ਵਰਕ ਹੈਗਾ ਅਤੇ ਆਹ ਬਾਜੂ ਦੇ ਉੱਪਰ ਵਰਕ ਹੈ। ਇਹ ਸੋਬਰ ਲੁੱਕ ਦੇ ਵਿੱਚ ਬਣਾਏ ਹੋਏ ਨੇ। ਹਾਂ ਹਾਂ, ਅਤੇ ਆਹ ਸਲਵਾਰ ਆ, ਸਲਵਾਰ ਦੇ ਉੱਪਰ ਜਿੱਦਾਂ ਇਹਦੇ ਵਰਕ ਦੇ ਵਿੱਚ ਮੈਰੂਨ ਟੱਚ ਦਿੱਤਾ ਆਪਾਂ ਨੇ, ਹੈ ਨਾ। ਸਲਵਾਰ ਦੀ, ਕਿਉਂਕਿ ਇਹਨਾਂ ਦੀਆਂ ਸਲਵਾਰਾਂ ਭਾਰੀਆਂ ਸੀਗੀਆਂ, ਉਹਨਾਂ 'ਤੇ ਘੱਟ ਵਧੀਆ ਲੱਗਦਾ ਵਰਕ, ਹੈ ਨਾ। ਅਤੇ ਆਹ ਦੇਖੋ, ਆਹ ਦੁਪੱਟਾ ਇਹਨਾਂ ਦਾ ਪਿਓਰ ਦਾ ਦੁਪੱਟਾ ਹੈਗਾ ਅਤੇ ਫੋਰ ਸਾਈਡ ਇੱਦਾਂ ਆਪਾਂ ਮੈਰੂਨ ਕਲਰ ਦੀ ਲੇਸ ਲਗਾ ਦਿੱਤੀ। ਲਓ ਜੀ, ਚਲੋ, ਵਾਲ ਵਾਲ ਵੱਚ ਗਏ ਗਲਤੀ ਹੁਣ। ਆਹ ਦੇਖੋ, ਆਹ ਸੂਟ ਫਿਰੋਜ਼ੀ ਕਲਰ ਦੇ ਉੱਪਰ ਬਣਿਆ ਹੋਇਆ, ਇਹ ਵੀ ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਆ। ਇਹਨੇ ਅੱਜ ਜਾਣਾ ਸੀਗਾ, ਇਹਨਾਂ ਦੇ ਕੰਬਲ ਨੇ, ਹੋਰ ਕੱਪੜੇ ਨੇ, ਹੈ ਨਾ। ਲਓ ਜੀ, ਇਹਨੂੰ ਦੇਖੋ, ਆਹ ਦੇਖੋ ਇਹਦਾ ਵਰਕ, ਅਤੇ ਨੀਚੇ ਆਪਾਂ ਨੇ ਆਹ ਲੇਸ ਲਗਾ ਦਿੱਤੀ ਹੈਗੀ ਆ। ਹਾਂ ਹਾਂ, ਆਹ ਦੇਖੋ ਐਵੇਂ ਵਰਕ, ਅਤੇ ਗਲੇ ਦੇ ਉੱਪਰ ਆਹ ਨੇੜੇ ਤੋਂ ਮੈਂ ਦਿਖਾ ਦਿੰਦੀ ਹਾਂ ਵਰਕ ਹੋਇਆ। ਆਹ ਬਾਜੂ 'ਤੇ ਵਰਕ ਹੈਗਾ, ਅਤੇ ਆਹ ਦੇਖੋ ਇੱਧਰ ਬੀਬੀ ਬੀਬੀ ਦੀ ਆ, ਬੀਬੀ ਰਿਲੀਜ਼ ਨਹੀਂ ਕਰ ਸਕਦੇ ਆਪਾਂ, ਦੇਖ ਲਓ। ਆਹ ਇਹਨਾਂ ਦੀ ਹੈਵੀ ਸਲਵਾਰ ਆ,
ਸਲਵਾਰ ਦੇ ਉੱਪਰ ਆਪਾਂ ਨੇ ਹੈਵੀ ਲੱਗ ਰਹੀ ਹੈ ਹਾਂ ਗੋਟੇ ਦੀਆਂ ਧਾਰੀਆਂ ਪਾ ਉਹਨਾਂ ਨੇ ਬਣਵਾਈ ਹੋਈ ਹੈਵੀ ਹਾਂਜੀ ਤੇ ਆਹ ਦੁਪੱਟਾ ਦੁਪੱਟੇ ਦੇ 4 ਸਾਈਡ ਲੇਸ ਲਗਾ ਦਿੱਤੀ ਹੈ ਇਹਦੇ ਤੇ ਵਰਕ ਨਹੀਂ ਹੈਗਾ ਚਲੋ ਆਈ ਪਿਓਰ ਚਨੂਨ ਦਾ ਦੁਪੱਟਾ ਹੈਗਾ ਲਓ ਜੀ ਆਹ ਦੁਪੱਟਾ ਜਿਹੜਾ ਸਾਈਡ ਤੇ ਵਰਕ ਵਾਲਾ ਹੈਡ ਵਰਕ ਵਾਲਾ ਉਹਦੇ ਨਾਲ ਪਲੇਨ ਦੁਪੱਟਾ ਤੇ 4 ਸਾਈਡ ਲੇਸ ਹੈਗੀ ਆ ਪਲੇਨ ਦੁਪੱਟਾ 4 ਸਾਈਡ ਲੇਸ ਲਓ ਜੀ ਆਹ ਸੂਟ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਹੋਇਆ ਆ ਦੇਖੋ ਫੁੱਲ ਹੈਵੀ ਸੂਟ ਆ ਹਾਂ ਆ ਦੇਖੋ ਵਰਕ ਹੋਇਆ ਹੋਇਆ ਨੇੜੇ ਤੋਂ ਦਿਖਾਉਣੀ ਹੈ ਝਿਲਮਿਲ ਝਿਲਮਿਲ ਕਰ ਰਿਹਾ ਆ ਬਾਜੂ ਦੇ ਉੱਪਰ ਫੁੱਲ ਬਾਜੂ ਹੈਵੀ ਆ ਆ ਦੇਖੋ ਆ ਬਾਜੂ ਆ ਗਈ ਐਵੇਂ ਖੜਾ ਲਓ ਇੱਥੇ ਥੋੜਾ ਜਿਹਾ ਨਹੀਂ ਕਈ ਪੈਣਾ ਕਹਿੰਦੇ ਨੇ ਖੜਾ ਕੇ ਥੋੜਾ ਜਿਹਾ ਆ ਦੇਖੋ ਨੀਚੇ ਕੱਟ ਵਰਕ ਵਾਂਗ ਆ ਗਿਆ ਬਾਜੂ ਤੇ ਐਂ ਬਣਾਈਆਂ ਨੇ ਆਪਾਂ ਬਾਜੂ ਜਿੱਦਾਂ ਦੁਪੱਟੇ ਦੇ ਉੱਪਰ ਕਰਿਆ ਆ ਦੇਖੋ ਕਲਰ ਕਿੰਨਾ ਪਿਆਰਾ ਹੈ ਨਾ ਤੇ ਇਹਦੀ ਬੈਕ ਦੇ ਉੱਪਰ ਵੀ ਇੰਨਾ ਹੀ ਹੈਵੀ ਵਰਕ ਹੈਗਾ ਦੇਖੀ ਨਾ ਜੀ ਬੈਕ ਦੇ ਉੱਪਰ ਦੇਖੋ ਆਹ ਦੇਖੋ ਅੰਬ ਜਿਹਾ ਪਾਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਬੈਕ ਦਾ ਡਿਜ਼ਾਈਨ ਹਾਂ ਪੂਰਾ ਫੁੱਲ ਹੈਵੀ ਹੈ ਫੁੱਲ ਹੈਵੀ ਸੂਟ ਆ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਆਹ ਦੇਖੋ ਬਾਜੂ ਦਾ ਵੀ ਇਧਰੋਂ ਵੀ ਪਤਾ ਲੱਗਦਾ ਦੁਪੱਟਾ ਵੀ ਬੜਾ ਸੋਹਣਾ ਬਣਿਆ ਹੋਇਆ ਦੁਪੱਟਾ ਵੀ ਦਿਖਾਨੇ ਆ ਤੁਹਾਨੂੰ ਲੈ ਵੀ ਨਣਦ ਨੇ ਪਾਇਆ ਸੂਟ ਦੇਖੀ ਦਿਖਾਉਂਦੀ ਤਾਂ ਰਾਣੀ ਭੈਣ ਹੈ ਖੋਲ ਖੋਲ ਕੇ ਬੀਬੀ ਬੀਬੀ ਵਾਂਗੂ ਇੰਨਾ ਤਾਂ ਇਹਨੂੰ ਹੁੰਦਾ ਨੀ ਬੀਬੀ ਵਾਂਗੂ ਤਾਂ ਬੀਬੀ ਬੀਬੀ ਆ ਮਾਸੀ ਮਾਸੀ ਆ ਰਾਣੀ ਰਾਣੀ ਆ ਹਾਂ ਤੇ ਇਹਦਾ ਦੁਪੱਟਾ ਦਿਖਾਨੇ ਆ ਆਹ ਦੇਖੋ ਇਹਦਾ ਦੁਪੱਟਾ ਇਹਦੀ ਆਪਾਂ ਪਿੱਕ ਲਾ ਦਾਂਗੇ ਨਾਲ ਹਨਾ ਆਹ ਦੇਖੋ ਆਹ ਦੁਪੱਟਾ ਐਵੇਂ ਬਣਿਆ ਹੋਇਆ ਜਿੱਦਾਂ ਸ਼ਰਟ ਤੇ ਹੈਗਾ ਬਹੁਤ ਔਖਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਔਖਾ ਵੀ ਬੜਾ ਬਣਿਆ ਰਹਿਣੀ ਪੈਣੀ ਕਿਉਂਕਿ ਇਹਨਾਂ ਦੇ ਕੱਟ ਵਰਕ ਹੁੰਦੇ ਨੇ ਨਾ ਜਿਹੜੇ ਇਹ ਇੱਦਾਂ ਡਿਜ਼ਾਈਨ ਕਰਨੇ ਬੜੇ ਔਖੇ ਹੋ ਜਾਂਦੇ ਨੇ ਆਹ ਦੇਖੋ ਇਹ ਇੱਧਰ ਸਾਈਡ 'ਤੇ ਆ ਗਿਆ ਅਤੇ ਆਹ ਇੱਧਰਲੇ ਪੱਲੇ ਆ ਗਏ ਆਹ ਦੇਖੋ ਲਓ ਜੀ ਅਤੇ ਇਹਦੇ ਨਾਲ ਆਪਾਂ ਨੇ ਪਜਾਮੀ ਰੈਡੀ ਕੀਤੀ ਆ ਬਸ ਇਹਨੂੰ ਤਾਂ ਖੋਲਣ ਦੀ ਲੋੜ ਹੀ ਨਹੀਂ ਰਹਿਣੀ ਹਾਂ ਆਹ ਪਜਾਮੀ ਹੈ ਇਹਦੇ ਨਾਲ ਭੈਣ ਨੇ ਪਜਾਮੀ ਬਣਵਾਈ ਆ ਅਤੇ ਤੁਸੀਂ ਚਾਹੋ ਸਲਵਾਰ ਵੀ ਬਣਵਾ ਸਕਦੇ ਹੋ ਜੋ ਵੀ ਇੱਕ ਮਿੰਟ ਲਓ ਜੀ ਆ ਲੱਗਿਆ ਹੋਇਆ ਦੇਖੋ ਥੋੜਾ ਖੜਾ ਕੇ ਲਓ ਜੀ ਆਪਾਂ ਸੂਟ ਦਿਖਾਉਣ ਲੱਗਿਆ ਇਹ ਸੋਹਣੇ ਸੋਹਣੇ ਸੂਟ ਰੈਡੀ ਹੋਏ ਨੇਗੇ ਅਤੇ ਆਹ ਦੇਖੋ ਆਹ ਕਰੇਪ ਦਾ ਸੂਟ ਆ ਅਤੇ ਇਹਦੇ ਸਾਈਡਾਂ 'ਤੇ ਵੀ ਵਰਕ ਹੈਗਾ ਆਹ ਦੇਖੋ ਐਵੇਂ ਇੱਥੇ ਤੱਕ ਆਹ ਦੇਖੋ ਇੱਥੇ ਤੱਕ ਹੈਗਾ ਅਤੇ ਆਹ ਘੇਰਾ ਆ ਗਿਆ ਪਿਓਰ ਕਰੇਪ ਦਾ ਸੂਟ ਹੈਗਾ ਇਹ ਆਹ ਦੇਖੋ ਇੱਥੋਂ ਇੱਥੇ ਤੱਕ ਆ ਗਿਆ ਅਤੇ ਆਹ ਇੱਥੇ ਤੱਕ ਆ ਗਿਆ ਆਹ ਇਹਦਾ ਗਲਾ ਬਣਿਆ ਹੋਇਆ ਆਹ ਦੇਖੋ ਗਲਾ ਬਣਿਆ ਹੋਇਆ ਆਹ ਬਾਜੂ ਬਣੀ ਹੋਈ ਆ ਆਹ ਦੇਖੋ ਲਓ ਜੀ ਆਹ ਬਾਜੂ ਹੈਗੀ ਚੱਕ ਦਿਓ ਵੀ ਸ਼ਰਟ ਤਾਂ ਹੋ ਗਈ ਆਹ ਇਹਦੀ ਸਲਵਾਰ ਆ ਆਹ ਦੇਖੋ ਖੋਲ੍ਹ ਕੇ ਦਿਖਾ ਦਿਓ ਵੀ ਮਾੜੇ ਹੱਥੇ ਆ ਬਾਕੀ ਆਹ ਦੇ ਮੈਂ ਦਿਖਾਉਂਦੀ ਹਾਂ
ਖੜ ਜਾਓ। ਇਹ ਹੈਵੀ ਸਲਵਾਰ ਆ, ਇਹ ਨਾ ਕੁੰਦਿਆਂ ਨੂੰ ਜੋੜ ਕੇ ਫੇਰ ਵਰਕ ਕਰਾਇਆ ਹੋਇਆ। ਆਹ ਦੇਖੋ ਆਹ ਸਲਵਾਰ ਦੇ ਉੱਪਰ ਵਰਕ ਹੋਇਆ ਹੋਇਆ, ਅਤੇ ਨੀਚੇ ਆਪਾਂ ਨੇ ਸ਼ਿਮਰ ਦੀ ਫਿਨਿਸ਼ਿੰਗ ਦੇ ਦਿੱਤੀ ਹੈਗੀ। ਆਹ ਦੇਖੋ ਸਲਵਾਰ ਹੋ ਗਈ, ਅਤੇ ਦੁਪੱਟਾ ਪਿਓਰ ਚਨੋਨ ਦਾ। ਹਾਂਜੀ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ। ਮੈਨੂੰ ਕੋਈ ਨਹੀਂ, ਕੋਈ ਇੱਕ ਪਾਸੇ ਦਾ ਕੱਢ ਲਓ ਬਟਾ। ਆਹ ਦੇਖੋ ਇਹਦੇ ਵਿੱਚ ਸਾਰੇ ਟੋਟਲੀ ਆ ਹੈਂਡਵਰਕ ਹੋਇਆ ਹੋਇਆ ਦੁਪੱਟੇ ਦੇ ਵਿੱਚ, ਅਤੇ ਨੀਚੇ ਆਪਾਂ ਨੇ ਸ਼ਿਮਰ ਦੀ ਫਿਨਿਸ਼ਿੰਗ ਦਿੱਤੀ ਹੋਈ ਆ। ਪਿਓਰ ਚਨੋਨ ਦਾ ਦੁਪੱਟਾ ਹੈਗਾ, ਜੇ ਤੁਸੀਂ ਵੀ ਕਿਸੇ ਨੇ ਬਣਵਾਉਣਾ ਹੋਇਆ ਤਾਂ ਬਣਵਾ ਸਕਦੇ ਹੋ। ਇਹਨਾਂ ਨੇ ਜਾਣਾ ਸੀ ਸੂਟਾਂ ਨੇ, ਮੈਂ ਚਲੋ ਮੈਂ ਜਾਂਦੇ ਜਾਂਦੇ ਵੀਡੀਓ ਬਣਾ ਲਈ, ਅਤੇ ਆਹ ਵੈਲਵਟ ਦੇ ਉੱਪਰ ਸੂਟ ਰੈਡੀ ਕਰਾਇਆ ਕਿਸੇ ਭੈਣ ਨੇ। ਆਹ ਦੇਖੋ ਆਹ ਵਰਕ ਹੋਇਆ ਹੋਇਆ, ਆਹਦੇ ਵਿੱਚ ਸਾਰੇ ਆ ਗਲੇ ਦੇ ਉੱਪਰ ਵਰਕ ਹੈ, ਅਤੇ ਵਿਚਾਰੀ ਭੈਣ ਦਾ ਮੇਰੇ ਵਾਂਗੂ ਵੇਟ ਥੋੜ੍ਹਾ ਜਿਹਾ ਜ਼ਿਆਦਾ ਆ। ਆਹ ਚਿੜੀਆਂ, ਆਹ ਦੇਖੋ ਹਾਂ ਚਿੜੀਆਂ ਪਾਈਆਂ ਹੋਈਆਂ ਨੇ ਵਰਕ ਨਾਲ। ਆਹ ਦੇਖੋ ਬਾਜੂ ਬਹੁਤ ਸੋਹਣੀ ਬਹੁਤ ਪਿਆਰੀ ਬਣੀ ਹੋਈ ਆ, ਟੋਟਲੀ ਹੈਂਡਵਰਕ ਹੋਇਆ ਹੋਇਆ, ਬਹੁਤ ਪਿਆਰਾ ਕਲਰ ਵੀ ਬਹੁਤ ਸੋਹਣਾ ਪਿੰਕ ਪਿੰਕ, ਹਾਂ ਪਿੰਕ ਕਲਰ ਆ। ਅਤੇ ਆਹ ਸਲਵਾਰ ਦੇ ਉੱਪਰ ਵਰਕ ਹੋਇਆ ਹੋਇਆ, ਆਪਾਂ ਇਹਨੂੰ ਜ਼ਿਆਦਾ ਨਹੀਂ ਖੋਲਦੇ ਹੈਗੇ, ਫਿਰ ਥੋੜ੍ਹਾ ਜਿਹਾ ਭਾਰਾ ਜਿਹਾ ਕੱਪੜਾ ਹੈਗਾ। ਅਤੇ ਇਹਦਾ ਦੁਪੱਟਾ ਹੈਗਾ ਜਿਹੜਾ ਫਿਰੋਜ਼ੀ ਕਲਰ ਦਾ, ਉਹਦੇ ਵਿੱਚ ਫਿਰੋਜ਼ੀ ਦਾ ਡਾ, ਹਾਂਜੀ ਫਿਰੋਜ਼ੀ ਕਲਰ ਦਾ ਦੁਪੱਟਾ ਇਹਦਾ, ਖੋਲ ਦਿਓ। ਅਤੇ ਵਿੱਚ ਵੀ ਆਪਾਂ ਨੇ ਗੋਟੇ ਦੀਆਂ ਧਾਰੀਆਂ ਜਿਹੀਆਂ ਪਾ ਕੇ ਰੈਡੀ ਕੀਤਾ ਹੋਇਆ, ਅਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ, ਪਿਓਰ ਚਨੋਨ ਦਾ ਦੁਪੱਟਾ। ਦੇਖੋ ਲਓ ਜੀ ਆ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਆ, ਅਤੇ ਵਿੱਚ ਕੋਟੇ ਦੀਆਂ ਧਾਰੀਆਂ ਨਾਲ ਰੈਡੀ ਕਰਤਾ ਇਹਨੂੰ, ਰੱਖ ਦਿਓ ਵੀ। ਆਹ ਦੇਖੋ ਨੈਕਸਟ ਸੂਟ ਨਾ ਇਹ ਜੋਰਜੈਟ ਦੇ ਉੱਪਰ ਰੈਡੀ ਆ ਹੋਇਆ। ਆਹ ਦੇਖੋ ਇਹਦੇ ਨਾਲ ਸਲਵਾਰ, ਉਹਨਾਂ ਕੋਲ ਉਹ ਹੈਗੀ ਸੀਗੀ ਇਹਦੇ ਨਾਲ ਦੀ, ਦੁਪੱਟਾ ਹੈਗਾ ਸੀ ਹਾਂ, ਅਤੇ ਸ਼ਰਟ ਅਤੇ ਸਲਵਾਰ ਆਪਾਂ ਨੇ ਰੈਡੀ ਕਰੀ ਆ। ਉਹਨਾਂ ਨੇ ਪਿੱਕ ਭੇਜਤੀ ਸੀ, ਕਹਿੰਦੇ ਇਹਦੇ ਅਕੋਰਡਿੰਗ ਕਰ ਦਿਓ ਵੀ ਵਰਕ ਕਰਾ ਦਿਓ। ਇਹ ਜੋਰਜੈਟ ਦੇ ਉੱਪਰ ਰੈਡੀ ਹੋਇਆ ਹੋਇਆ। ਆਹ ਦੇਖੋ ਇਹ ਬਾਜੂ ਦੇ ਉੱਪਰ ਲਓ ਜੀ, ਨੀਚੇ ਸ਼ਿਮਰ ਦੀ ਫਿਨਿਸ਼ਿੰਗ ਅਤੇ ਸਮੋਸਾ ਲੇਸ ਦੇ ਟੱਚ ਦਿੱਤਾ ਹੋਇਆ। ਆਹ ਸੂਟ ਮਹਿੰਦੀ ਸ਼ੇਡ 'ਤੇ ਬਣਿਆ, ਉਹਨਾਂ ਨੇ ਮਹਿੰਦੀ ਦੇ ਉੱਤੇ ਪਾਉਣਾ ਸੀਗਾ, ਅਤੇ ਆਹ ਪੈਂਟ ਦੇ ਉੱਪਰ ਵਰਕ ਕਰਾਇਆ ਹੋਇਆ। ਦੇਖੋ ਆਹ ਪੈਂਟ ਦੇ ਉੱਪਰ ਵਰਕ ਹੈਗਾ ਲਓ ਜੀ, ਅਤੇ ਆਹ ਸੂਟ ਹੈ ਇਹ ਵੀ ਜੋਰਜੈਟ ਦੇ ਉੱਪਰ ਰੈਡੀ ਹੋਇਆ ਹੋਇਆ। ਆਹ ਦੇਖੋ ਟੋਟਲੀ ਹੈਂਡਵਰਕ ਹੈਗਾ ਇਹ ਮਹਿੰਦੀ ਸ਼ੇਡ, ਅਤੇ ਫੋਰ ਸਾਈਡ ਸ਼ਿਮਰ ਦੀ ਫਿਨਿਸ਼ਿੰਗ। ਆਹ ਦੇਖੋ ਇਹਦਾ ਗਲੇ ਦਾ ਡਿਜ਼ਾਇਨ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ। ਆਹ ਦੇਖੋ ਲਓ ਜੀ, ਜੇ ਤੁਸੀਂ ਵੀ ਕਿਸੇ ਨੇ ਬਣਵਾਉਣਾ ਹੋਇਆ ਤਾਂ ਬਣਵਾ ਸਕਦੇ ਹੋ। ਆਹ ਬਾਜੂ ਦੇ ਉੱਪਰ ਵਰਕ ਹੈਗਾ, ਅਤੇ ਆਹ ਦੁਪੱਟਾ ਇਹਦੇ ਨਾਲ ਮਹਿੰਦੀ ਕਲਰ ਦਾ, ਅਤੇ ਫੋਰ ਸਾਈਡ ਆਪਾਂ ਨੇ ਕਿਰਨ ਲੇਸ ਲਗਾਈ ਆ, ਅਤੇ ਵਿੱਚ ਹੈਂਡਵਰਕ ਦਾ ਟੱਚ ਦਿੱਤਾ ਹੋਇਆ, ਬੁੱਟੀ ਪਾਈ ਹੋਈ ਆ ਹੈਂਡਵਰਕ ਦੀ। ਲਓ ਜੀ ਵਿੱਚ ਹੈਂਡਵਰਕ ਦੀ ਬੂਟੀ ਪਾਈ ਹੋਈ ਆ, ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਵੀ। ਲਓ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅੱਧੀ ਵੀਡੀਓ ਨਣਦ ਦੇ ਘਰ ਦੀ ਬਣੀ ਹੋਈ ਆ, ਅੱਧੀ ਵੀਡੀਓ ਮੇਰੇ ਘਰ ਦੀ ਬਣੀ ਹੋਈ ਆ। ਦੱਸਿਓ ਉੱਥੇ ਦੇ ਰਾਣੀ ਭੈਣ ਨੇ ਦਿਖਾਏ ਹੋਏ ਕਿਵੇਂ ਲੱਗੇ, ਬੀਬੀ ਹੋਣਾਂ ਦੇ ਦਿਖਾਏ ਹੋਏ ਕਿਵੇਂ ਲੱਗੇ ਕਮੈਂਟ ਕਰਕੇ। ਅਤੇ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਹੋਊਗਾ ਉਹਦਾ ਸਕਰੀਨਸ਼ੋਟ 70 87 50 20 51 'ਤੇ ਤੁਸੀਂ ਭੇਜ ਸਕਦੇ ਹੋ, 7087502051 70 87 50 20 51 ਠੀਕ ਹੈ ਜੀ। ਅਤੇ ਬਾਕੀ ਭੈਣੇ ਸਕਰੀਨਸ਼ੋਟ ਭੇਜ ਕੇ ਵੋਇਸ ਮੈਸੇਜ ਛੱਡ ਦਿਆ ਕਰੋ। ਕਈ ਵਾਰੀ ਆਪਾਂ ਇੱਧਰ ਉੱਧਰ ਹੁੰਦੇ ਹਾਂ ਨਾ, ਫਿਰ ਫੋਨ ਪਿੱਕ ਕਰਨ ਦਾ ਸਮਾਂ ਨਹੀਂ ਹੁੰਦਾ ਹੈਗਾ ਇੰਨਾ, ਹੈ ਨਾ, ਫਿਰ ਤੁਸੀਂ ਰੁੱਸ ਜਾਂਦੇ ਹੋ, ਕਈ ਵੀ ਫੋਨ ਤਾਂ ਚੱਕਦੀ ਨਹੀਂ ਹੈਗੀ, ਅਤੇ ਤਾਂ ਕਰਕੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਭੈਣੇ। ਇੱਕ ਤਾਂ ਇਹ ਪਹਿਲਾਂ ਹੀ ਬਹੁਤ ਸਟ੍ਰੈਸ ਵਾਲਾ ਕੰਮ ਆ, ਹੈ ਨਾ, ਅਤੇ ਮਾੜੀ ਮਾੜੀ ਚੀਜ਼ ਇਕੱਠੀ ਕਰਨੀ, ਫਿਰ ਸੂਟ ਰੈਡੀ ਕਰਨਾ ਬਹੁਤ ਔਖਾ ਹੋ ਜਾਂਦਾ, ਹੈ ਨਾ, ਤਾਂ ਕਰਕੇ ਫੋਨ ਅਟੈਂਡ ਨਹੀਂ ਹੁੰਦਾ ਹੈਗਾ। ਤੁਸੀਂ ਮੈਸੇਜ ਛੱਡਿਆ ਕਰੋ।
ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।